प्यारे विद्यार्थियों 9वीं جماعت ਦੀ ਗਣਿਤ ਦੀ ਕਿਤਾਬ ਦਾ ਪਾਠ 8वां ਚਤੁਰਪੁਜ ਅਭਿਆਸ ਨੰਬਰ 8.1 ਤੇ ਇਸ ਅਭਿਆਸ ਦਾ ਆਖਰੀ ਸਵਾਲ 12वां ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਤੇ ਪਿਆਰੇ ਵਿਦਿਆਰਥੀਓ ਇਹ ਸਵਾਲ ਅਸੀਂ ਤਿੰਨੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਤਿੰਨੋ ਵਿਧੀਆਂ ਰਾਹੀਂ ਕੀਤੇ ਗਏ ਹੱਲ ਆਪਣੇ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੀ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਤੇ ਮਗਰੋਂ ਦੀ ਇਸ ਸਵਾਲ ਨੂੰ ਤਿੰਨੋ ਵਿਧੀਆਂ ਰਾਹੀਂ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਕਾਰੇ ਵਿਦਿਆਰਥੀਆਂ ਦੱਸਣਾ ਕਿ ਇਸੀ ਚੈਨਲ ਦੇ ਉੱਤੇ 9th ਮੈਥ ਨੋਟਸ 9th ਮੈਥ ਇੰਗਲਿਸ਼ ਮੀਡੀਅਮ ਤੇ 9th ਸਾਇੰਸ ਜੋ ਕਿ ਇੰਗਲਿਸ਼ ਮੀਡੀਅਮ ਚ ਹੈ ਤੇ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ ਤੇ 9th ਇੰਗਲਿਸ਼ ਮੈਥ ਐਂਡ 9th ਇੰਗਲਿਸ਼ ਗ੍ਰਾਮਰ ਸਾਰੇ ਵਿਸ਼ਿਆਂ ਦੀਆਂ ਅਲੱਗ-ਅਲੱਗ ਪਲੇਲਿਸਟਾਂ ਬਣੀਆਂ ਹੋਈਆਂ ਹਨ ਸੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟਾਂ ਨੂੰ ਸਕਰੋਲ ਕਰਕੇ ਸਾਇੰਸ ਇੰਗਲਿਸ਼ ਦੇ ਵੀਡੀਓਜ਼ ਵੀ ਦੇਖ ਸਕਦੇ ਹੋ ਸੋ ਬੱਚੇ ਸਵਾਲ ਇਸ ਤਰ੍ਹਾਂ ਹੈ ਕਿ ABC ABCD ABCD ਇੱਕ ਸਮਲੰਭ ਹੈ ਜਿਸ ਵਿੱਚ AB ਸਮান্তਰ ਚਤ DC ਹੈ AB ਸਮান্তਰ DC ਹੈ ਅਤੇ AD BC ਹੈ ਸੋ AD BC ਹੈ ਇਹ ਬੜੀ ਮਹੱਤਵਪੂਰਨ ਗੱਲ ਇਹਨੂੰ ਧਿਆਨ ਦੇਣਾ ਕਿ AD ਜਿਹੜਾ ਹੈ BC ਦੇ ਬਰਾਬਰ ਹੈ ਅਰਥਾਤ ਇਹ ਸੰਦੋ ਕੋਜੀ ਸਮਲੰਭ ਹੈ ਠੀਕ ਹੈ ਸੋ ਦਰਸਾਓ ਕਿ ਕੋਣ A ਕੋਣ B ਹੈ ਕੋਣ ਇਹਦੇ ਬਰਾਬਰ ਹੈ ਕੌਣ ਸੀ ਬਰਾਬਰ ਡੀ ਇਹ ਕੌਣ ਇਹਦੇ ਬਰਾਬਰ ਹੈ ਐ ਸਿੱਧ ਕਰਨਾ ਹੈ ਇਹ ਦੋ ਭਾਗ ਜਿਹੜੇ ਬੱਚਿਓ ਅਸੀਂ ਤਿੰਨ ਵਿਧੀਆਂ ਨਾਲ ਹੀ ਕਰਾਂਗੇ ਕਿਉਂਕਿ ਜਿਹੜੇ ਅਗਲੇ ਤੀਜਾ ਔਰ ਚੌਥਾ ਭਾਗ ਹੈ ਉਹ ਇੱਕ ਇੱਕ ਵਿਧੀ ਦੇ ਨਾਲ ਹੀ ਹੋਏਗਾ ਉਹ ਸੌਖੇ ਹੈਗੇ ਨੇ ਇਹ ਜਿਹੜਾ ਚੌਥਾ ਭਾਗ ਹੈ ਤੇ ਇੱਕ ਇੱਕ ਲਾਈਨ ਦਾ ਜਿਹੜੇ ਐ ਸਿੱਧ ਹੋ ਜਾਏਗਾ ਤੇ ਇਹਦੇ ਨਾਲ ਹੀ ਆ ਜਾਏਗਾ ਕਿਉਂਕਿ ਦੇਖੋ ਨਾ AC ਇਹ AC ਤੇ BD ਇਧਰੋਂ ਹੀ ਸਰਬੰਗ ਸਮਤਾ ਦੇ ਨਿਯਮ ਤੋਂ ਸਿੱਧ ਹੋ ਜਾਏਗਾ ਸੋ ਇਹ ਦੋ ਭਾਗ ਜਿਹੜੇ ਨੇ ਮਹੱਤਵਪੂਰਨ ਨੇ ਤੇ ਦੋਨਾਂ ਨੂੰ ਅਸੀਂ ਤਿੰਨ ਤਿੰਨ ਤਰੀਕਿਆਂ ਨਾਲ ਕਰਾਂਗੇ ਤੇ ਤੁਸੀਂ ਬੜੇ ਧਿਆਨ ਦੇ ਨਾਲ ਵੀਡੀਓ ਨੂੰ ਦੇਖਣਾ ਹੈ ਤੇ ਇਹ ਹੱਲ ਨੋਟ ਕਰ ਲੋ ਤੇ ਸਾਰਿਆਂ ਦਾ ਅਭਿਆਸ ਕਰੋ ਬੱਚਿਓ ਤੁਹਾਡਾ ਆਤਮ ਵਿਸ਼ਵਾਸ ਬੜਾ ਵਧੇਗਾ ਗਣਿਤ ਦਾ ਡਰ ਖਤਮ ਹੋ ਜਾਏਗਾ ਤੇ ਇੱਕ ਸਵਾਲ ਰਹੀ ਤੁਹਾਡਾ ਤਿਗਣਾ ਹਿਸਾਬ ਇਹ ਤਿਗਣਾ ਜਿਹੜਾ ਅਭਿਆਸ ਹੈ ਸਵਾਲਾਂ ਦਾ ਹੋ ਜਾਏਗਾ ਠੀਕ ਹੈ ਆਓ ਸ਼ੁਰੂ ਕਰੀਏ ਸੋ ਪਹਿਲਾ ਭਾਗ ਜਿਹੜਾ ਬੱਚਿਓ ਕਿ ਕੌਣ ਹੈ ਬਰਾਬਰ ਕੌਣ ਵੀ ਸਿੱਧ ਕਰਨਾ ਸੋ AB ਨੂੰ ਵਧਾਓ ਅਤੇ AD ਦੇ ਸਮਾਂਤਰ CE ਖਿੱਚੋ ਸੋ ਇਹ ਰਚਨਾ ਹੈ ਥੋੜੀ ਜੀ ਸੋ AB ਨੂੰ ਇਹਦਾ ਵਧਾ ਦਿੱਤਾ ਮਲੀਓ ਸਮਾਂਤਰ ਹੀ ਜਾਏਗੀ ਏਬ ਜਿਹੜੀ ਹੈ ਸੀਡੀ ਦੇ ਸਮਾਂਤਰ ਜਾਏਗੀ ਇਦਾਂ ਖਿੱਚ ਦਿੱਤਾ ਤੇ ਫਿਰ ਏਡੀ ਦੇ ਸਮਾਂਤਰ ਸੀ ਖਿਚੋ ਏਡੀ ਦੇ ਸਮਾਂਤਰ ਇਹ ਏਡੀ ਦੇ ਸਮਾਂਤਰ ਸੀਈ ਇਦਾਂ ਖਿਚੋ ਠੀਕ ਹੈ ਤੇ ਇੱਥੇ ਈ ਤੇ ਅੱਗੇ ਮਿਲ ਗਈ ਔ ਠੀਕ ਹੈ ਸੋ ਏਈ ਸਮਾਂਤਰ ਡੀਸੀ ਅਤੇ ਏਡੀ ਸਮਾਂਤਰ ਸੀਈ ਸੋ ਏਈ ਸਮਾਂਤਰ ਸੀਡੀ ਅਤੇ ਏਡੀ ਸਮਾਂਤਰ ਸੀਈ ਹੁਣ ADCE ਇੱਕ ਸਮਾਂਤਰ ਚਤੁਰਭੁਜ ਹੈ ADCE ਸਮਾਂਤਰ ਚਤੁਰਭੁਜ ਬਣ ਗਿਆ ਕਿਉਂ ਕਿ ਦੋਨੋਂ ਜੋੜੇ ਸਨਮੁਖ ਭੁਜਾਵਾਂ ਦੇ ਸਮਾਂਤਰ ਹੋਵੇ ਸੋ ਕਿਸੇ ਵੀ ਚਤੁਰਭੁਜ ਵਿੱਚ ਦੇ ਦੋਨੋਂ ਜੋੜੇ ਸਮਾਂਤਰ ਆਪਣਾ ਸਨਮੁਖ ਭੁਜਾਵਾਂ ਦੇ ਸਮਾਂਤਰ ਹੋਣ ਤੇ ਫਿਰ ਉਹ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦੀ ਹੈ ਠੀਕ ਹੈ ਤੇ ਇਸ ਕਰਕੇ AD CE AD CE ਹੁਣ ਸਮਾਂਤਰ ਚਤੁਰਭੁਜ ਦਾ ਇਹ ਗੁਣ ਹੈ ਕਿ ਉਹਦੀ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ ਸੋ ਸੰ ਅਸੀਂ ਸਿੱਧਗਣਤਾ ਕੇ ਸਮਾਂਤਰ ਚਤੁਰਭੁਜ ਹੈ ਤੇ ਇਥੋਂ ਦੀ ਫੇ ਅਸੀਂ ਇਹ ਸਿੱਟਾ ਕੱਢ ਲੇ ਕਿ AD CE ਹੈ ਸੰਮੁਖ ਭੁਜਾਵਾਂ ਸਮਾਂਤਰ ਚਤੁਰਭੁਜ ADCE ਠੀਕ ਹੈ ਪਰ AD BC AD BC ਐ ਦਿੱਤਾ ਹੋਇਆ ਸੋ ਜੇ AD CE ਹੈਗਾ ਤੇ AD BC ਹੈ ਸੋ ਖੱਬਾ ਪਾਸਾ ਬਰਾਬਰ ਹੋ ਗਿਆ ਤੇ ਸੱਜਾ ਪਾਸਾ ਬਰਾਬਰ ਹੋ ਗਿਆ ਸੋ ਇਸ ਤਰ੍ਹਾਂ CE BC CE BC ਹੁਣ ਬੱਚਿਓ ਇਹ ਦੋ ਕੀ ਹੈਗੀਆਂ ਨੇ ਇਸਤਰੀ ਪੁਜਦੀਆਂ ਪੁਜਾਵਾਂ ਨੇ ਠੀਕ ਹੈ ਸੋ ਭਾਵ ਤ੍ਰਿਭੁਜ C B ਸਮਦੋ ਪੁਜੀ ਹੈ ਸੋ ਇਸ ਕਰਕੇ ਇਹ ਸਮਦੋ ਪੁਜੀਏ ਤੇ ਇਸ ਪੁਜਾ ਦੇ ਸੰਮੁਖ ਇਹ ਵਾਲਾ ਕੋਣ ਤੇ ਇਸ ਪੁਜਾ ਦੇ ਸੰਮੁਖ ਇਹ ਵਾਲਾ ਕੋਣ ਬਰਾਬਰ ਹੋ ਜਾਣਗੇ ਸੋ ਕੋਣ EBC ਕੋਣ BEC ਤੇ ਬਰਾਬਰ Y ਮੰਨ ਲਓ ਬੱਚਿਓ ਜਦੋਂ ਇਦਾਂ ਆਵੇ ਨਾ ਕਦੀ ਸਮਦੋ ਪੁਜੀ ਤ੍ਰਿਭੁਜ ਹੋਵੇ ਦੋ ਕੋਣ ਬਰਾਬਰ ਹੋਣ ਜਾਂ ਸੰਦੂ ਭਾਜਕ ਹੋਵੇ ਜਿੱਚ ਇੱਕ ਕੋਣ ਦੋ ਬਰਾਬਰ ਦੇ ਹਿੱਸਿਆਂ 'ਚ ਵੰਡਿਆ ਜਾ ਰਿਹਾ ਜਾਂ ਇਕਾਂਤਰ ਕੋਣ ਸੰਗਤ ਕੋਣ ਬਰਾਬਰ ਹੋਣ ਤੇ ਬੱਚਿਓ ਬਰਾਬਰ ਕਰਕੇ ਨਾ Y X M ਇਹਨੂੰ ਕੁਛ ਲਿਖ ਲਿਆ ਕਰੋ ਉਹਨਾਂ ਕੰਮ ਬੜਾ ਸੌਖਾ ਹੋ ਜਾਂਦਾ ਹੈ ਨਹੀਂ ਤੇ ਪਤਾ ਕੀ ਹੁੰਦਾ ਜਦੋਂ EBC BCE DEB EBD ਉਹ ਲਿਖਣ ਲੱਗੇ ਨਾ ਕੇਵਲ ਜਲਦਬਾਜ਼ੀ 'ਚ ਗਲਤੀਆਂ ਹੋ ਜਾਂਦੀਆਂ ਤੇ ਕਨਫਿਊਜ਼ਨ ਹੋ ਜਾਂਦਾ ਸੋ ਹਮੇਸ਼ਾ ਇਹ ਕੰਮ ਸੌਖਾ ਕਰਨ ਲਈ ਤੁਹਾਨੂੰ ਬੜੀ ਵਧੀਆ ਝੁਕਤੀ ਦੱਸ ਰਿਹਾ ਸਵਾਲ ਕਰਨ ਦੀ ਇਹਨਾਂ ਤੁਹਾਡੀ ਸਪੀਡ ਵੀ ਵਧ ਜੇਗੀ ਤੇ ਗਲਤੀ ਦੀ ਸੰਭਾਵਨਾ ਆਲਮੋਸਟ ਖਤਮ ਹੋ ਜਾਏਗੀ ਸੋ ਇਹਨੂੰ ਇਦਾਂ ਕਰਕੇ ਵਾਈਲ ਮੰਨ ਲਓ ਤੁਸੀਂ ਬਰਾਬਰ ਤੇ ਆ ਗਏ ਨੇ ਅਸੀਂ ਕੋਈ ਉਹਨੂੰ ਮਾਪ ਲੈ ਸਕਦੇ ਹਾਂ ਵਾਈ ਐਕਸ ਜ਼ेड ਜੋ ਵੀ ਹੈ ਨਾ ਤੇ ਨਾਲ ਫਿਰ ਉੱਥੇ ਤਸਵੀਰ ਵਿੱਚ ਵੀ ਲਿਖ ਦਿਓ ਚਿੱਤਰ ਵਿੱਚ ਇੱਥੇ ਵਾਈ ਲਿਖ ਦਿੱਤਾ ਇੱਥੇ ਵਾਈ ਲਿਖ ਦਿੱਤਾ ਹੁਣ ਮੈਨੂੰ ਕੋਈ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ ਬੀ ਸੀ ਈ ਡੀ ਵੀ ਕਰਦੇ ਕਰਦੇ ਕਿਵਰ ਨਾ ਜਲਦਬਾਜ਼ੀ 'ਚ ਗਲਤੀ ਹੋ ਜਾਂਦੀ ਹੈ ਸੋ ਇੱਥੇ ਵਾਈ ਲਿਖ ਲਿਆ ਇੱਥੇ ਵਾਈ ਲਿਖ ਲਿਆ ਇੱਥੇ ਵਾਈ ਲਿਖ ਲਿਆ ਬਰਾਬਰ ਪੁਜਾਵਾਂ ਦੇ ਸੰਮੁਖ ਕੋਣ ਬਰਾਬਰ ਹੁੰਦੇ ਨੇ ਇਹ ਸਿਧਾਂਤ ਕਰਕੇ ਹੁਣ ਦੇਖੋ ਸਾਡਾ ਇੱਕ ਇਸਮ ਦੀ ਇਹ ਗਰਾਊਂਡ ਮੈਦਾਨ ਤਿਆਰ ਹੋ ਗਿਆ ਤੇ ਹੁਣ ਸਵਾਲ ਸਾਡਾ ਹੋਇਆਗਾ ਇਹ ਦੇਖੋ ਹੁਣ ਸਵਾਲ ਅਸੀਂ ਕਰਾਂਗੇ ਸ਼ੁਰੂ ਸੋ ਦੇਖੋ ਮੰਨ ਲੀ ਉਹ ਪਹਿਲੇ ਮੈਦਾਨ ਤਿਆਰ ਕਰ ਲਿਆ ਤੇ ਜਿੱਦਾਂ ਹੁਣ ਹੁਣ ਅਸੀਂ ਸਵਾਲ ਕਰਦੇ ਹਾਂ ਹੁਣ ਦੇਖੋ ਇਹ ਮੈਂ ਦੁਬਾਰਾ ਲਿਖ ਦਿੱਤਾ ਲੜੀ ਜੋੜਨ ਲਈ ਜੋ ਪਹਿਲੇ ਆਖਰੀ ਪੜਾ ਸੀ ਇੱਥੇ ਮੈਂ ਲਿਖ ਦਿੱਤਾ ਤਾਂ ਕਿ ਲੜੀ ਜੁੜੀ ਰਹੇ ਹੁਣ ABC EBC 180 ਡਿਗਰੀ ਇਹ ਤੇ ਬੜਾ ਸੌਖਾ ਹੈ ABC EBC 180 ਡਿਗਰੀ ਦੇਖੀ ਜੋੜਾ ਸੋ ABC ਕੀ ਹੈਗਾ Y ਹੁੰਦੇ ਕੋ ਸੌਖਾ ਹੋ ਗਿਆ ਨਾ ਕੰਮ ਮੈਂ ਸਿੱਧਾ ਇੱਥੇ Y ਲਿਖ ਦਿੱਤਾ ਜਾਂ ABC ਜਮ Y 180 ਡਿਗਰੀ ਦੂਜੀ ਗੱਲ DAE DAE ਤੇ ਜਮ C E A ਜਮ e, C E A 180 ਡਿਗਰੀ ਕਿਉਂ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਸੰਪੂਰਕ ਹੁੰਦੇ ਨੇ ਕੋਈ ਵੀ ਸਮਾਂਤਰ ਚਤੁਰਭੁਜ ਲੈ ਲਓ ਬੱਚਿਓ ਤੇ ਉਹਦਾ ਕੋਈ ਵੀ ਦੋ ਲਗਵੇਂ ਕੋਣ ਲੈ ਲਓ ਹੁਣ ਦੇਖੋ A ਜਮਾ B D 180 ਡਿਗਰੀ ਹੋਏਗਾ D ਜਮਾ A ਵਾਲਾ C ਪੂਰਾ ਇਹ 180 ਡਿਗਰੀ ਹੋਏਗਾ ਇਹ ਪੂਰਾ ਕੋਣ ਤੇ ਇਹ ਕੋਣ 180 ਡਿਗਰੀ ਹੋਏਗਾ ਇਸੇ ਤਰ੍ਹਾਂ ਇਹ ਕੋਣ ਤੇ ਇਹ ਕੋਣ 180 ਡਿਗਰੀ ਹੈਗਾ ਹੁਣ C E ਫੇ ਵਾਈ ਹੈਗਾ ਸੋ ਇੱਥੇ ਵਾਈ ਲਿਖ ਦਿੱਤਾ ਸੋ D E ਜਮਾ Y ਬਰabar 180 ਡਿਗਰੀ ਇਹਨੂੰ ਦੋ ਨੰਬਰ ਦੇ ਦਿੱਤਾ ਹੁਣ 1 ਅਤੇ 2 ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਕੀ ਪ੍ਰਾਪਤ ਹੁੰਦਾ ਹੈ D E A B C ਐਸੇ ਡੀਏਈ ਜਮ ਵਾਈ ਡੀਏ ਜਮ ਵਾਈ ਬਰਾਬਰ এবੀਸੀ ਜਮ ਵਾਈ ਕਿਉਂਕਿ ਦੋਨੋਂ 180 ਡਿਗਰੀ 180 ਡਿਗਰੀ ਹੈਗੇ ਨੇ ਸੱਜੇ ਪਾਸੇ ਬਰਾਬਰ ਸੋ ਖੱਬੇ ਪਾਸੇ ਬਰਾਬਰ ਹੋ ਗਏ ਹੁਣ ਵਾਈ ਦੇ ਨਾਲ ਵਾਈ ਕੱਟ ਗਿਆ ਸੋ ਡੀਏਈ ਬਰਾਬਰ এবੀਸੀ ਸੋ ਡੀਏਈ ਨੂੰ ਐ ਬੀਏਡੀ ਵੀ ਲਿਖ ਸਕਦਾ ਕੋਈ ਵੱਡੀ ਗੱਲ ਨਹੀਂ ਆ ਦੇਖੋ ਡੀਏਈ ਨੂੰ ਮੈਂ ਬੀਏਡੀ ਲਿਖ ਦਿੱਤਾ ਬੀਏਡੀ ਕੋਈ ਗੱਲ ਨਹੀਂ ਕੋਣ ਤੇ ਇੱਕੋ ਹੀ ਹੈਗਾ ਉਹ ਇੱਕ ਤਰਤੀਬ ਦੇਣ ਲਈ ਸਿਰਫ ਹਨਾ ਤਾਂ ਕਿ ਨਾਮੇ ਲਖਾਵੇ এবੀਸੀ ਇਹ ਦੇਖੋ ਇਹ এবੀਸੀ ਹੈ ਤੇ ਇਹਨੂੰ ਮੈਂ ਕਰਤਾ ਆਪਣਾ BAD ਥੋੜਾ ਮਿਲ ਗਈ ਸਿਮੈਟਰੀ ਹੀ ਬਣ ਜਾਂਦੀ ਹੈ ਨਾ ਸੋ ਇਸ ਕਰਕੇ ਕੋਣ ਜਾਂ ਕੋਣ A ਕੋਣ B ਇਹ ਸਾਡਾ ਸਿੱਧ ਹੋ ਗਿਆ ਪਾਗ ਪਹਿਲਾ ਹੁਣ ਦੂਜਾ ਪਾਗ ਕਰੀਏ ਸੋ ਦੂਜਾ ਪਾਗ ਤੇ ਬੱਚਿਓ ਪਹਿਲਾ ਪਾਗ ਜੋ ਕੀਤਾ ਉਹਦੇ ਉਹਦੀ ਮਦਦ ਦੇ ਨਾਲ ਇਹ ਸਾਡਾ ਦੂਜਾ ਪਾਗ ਵੀ ਹੋ ਜਾਏਗਾ ਸੋ ਕੋਣ ABC ਜਮਾ ਕੋਣ GCB 180 ਡਿਗਰੀ A B C ਬਰਾਬਰ ਡੀ ਸੀ ਬੀ 180 ਡਿਗਰੀ ਕਿਉਂ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਕੋਣ ਸੰਪੂਰਕ ਹੁੰਦੇ ਹਨ ਕਿਉਂਕਿ ਬੱਚਿਓ ਇਹ ਏ ਵੀ ਸਮਾਂਤਰ ਸੀ ਡੀ ਹੈਗੀ ਹੈ ਸੋ ਇਹ ਕਾਟਵੀਂ ਰੇਖਾ ਹੈਗੀ ਹੈ ਸੋ ਇਹ ਕੋਣ ਜਮਾ ਇਹ ਕੋਣ ਜਿਹੜਾ ਹੈ ਉਹ ਇੱਕ ਨੰਬਰ ਦੇ ਬਰਾਬਰ ਹੋਏਗਾ ਮਤਲਬ ਉਹ 180 ਡਿਗਰੀ ਦੇ ਬਰਾਬਰ ਹੋਏਗਾ ਇਹਨੇ ਇੱਕ ਨੰਬਰ ਦਿੱਤਾ ਅਤੇ ਬੀ ਏ ਡੀ ਜਮਾ ਸੀ ਡੀ ਹੈ ਅਤੇ ਇਹ ਬੀ ਏ ਡੀ ਜਮਾ ਸੀ ਡੀ ਏ ਇਹ ਵੀ 180 ਡਿਗਰੀ ਕਿਉਂ ਕਿਉਂਕਿ ਸਾਡਾ ਦਿੱਤਾ ਹੈ ਨਾ AB ਸਮান্তਰ DC AB ਸਮান্তਰ DC ਤੇ AD ਕਾਟਣੀ ਰੇਖਾ ਹੈਗੀ ਹੈ ਸੋ ਕਾਟਣੀ ਰੇਖਾ ਦੇ ਇੱਕੋ ਪਾਸੇ ਦੇ ਕੋਣ ਸੰਪੂਰਕ ਹੁੰਦੇ ਨੇ ਸੋ ਇਹ ਕੋਣ ਇਹ ਕੋਣ ਕੀ ਬਰਾਬਰ ਹੋ ਗਿਆ ਪਰ BAD ABC ਅਸੀਂ ਸਿੱਧ ਕੀਤਾ ਇੱਕ ਦੇ ਵਿੱਚ ਇਹ ਜਿਹੜਾ ਕੋਣ ਹੈ BAD ਤੇ ਬਰਾਬਰ ਇਹ ਆਪਣਾ BAD ਤੇ ਬਰਾਬਰ ABC ਇਹ ਕੋਣ ਬਰਾਬਰ ਹੈ ਹੁਣ ਬੱਚਿਓ ਇਹਦਾ ਮਤਲਬ ਫਿਰ ਮੈਂ ਕੀ ਕੀਤਾ ਐਜੇ ਸਿੱਧ ਹੋ ਗਿਆ ਸੋ ਮੈਂ ਕੀ ਕੀਤਾ بی اے ڈی ਦੀ ਜਗ੍ਹਾ ਮੈਂ اے بی سی ਪਾ ਦਿੱਤਾ। ਇਹ بی اے ڈی ਦੀ ਜਗ੍ਹਾ ਮੈਂ اے بی سی ਪਾਤਾ। ਸੋ اے بی سی ਜਮਾ ਸੀ ਡੀ ਬਰਾਬਰ 180 ਡਿਗਰੀ ਇਹਨੂੰ ਮੈਂ 2 ਨੰਬਰ ਦਿੱਤਾ। ਹੁਣ 1 ਅਤੇ 2 ਤੋਂ ਕੀ ਪ੍ਰਾਪਤ ਹੋਇਆ? ਇਹ ਵੀ 180 ਇਹ ਵੀ 180 ਸੋ ਖੱਬੇ ਪਾਸੇ ਬਰਾਬਰ ਹੋ ਗਏ। ਸੋ اے بی سی ਜਮਾ ਡੀ ਸੀ ਵੀ اے بی سی ਜਮਾ ਡੀ ਸੀ ਵੀ ਬਰਾਬਰ ਹੋ ਗਿਆ اے بی سی ਜਮਾ ਸੀ ਡੀ اے। ਹੁਣ ਬੱਚਿਓ ਦੇਖੋ اے بی سی ਤੇ اے بی سی ਗਿਆ ਕੱਟ। ਇਹ ਕਟ ਗਿਆ। ਠੀਕ ਹੈ ਜੀ? ਸਾਡਾ ਹੋ ਗਿਆ ਬਚਿਆ ਡੀਸੀਬੀ ਤੇ ਸੀਡੀਏ ਸੋ ਡੀਸੀਬੀ ਬਰਾਬਰ ਸੀਡੀਏ ਇਹ ਹੀ ਹੈ ਜਾਂ ਕੋਣ ਡੀ ਬਰਾਬਰ ਕੋਣ ਸੀ ਬਰਾਬਰ ਕੋਣ ਡੀ ਇਹ ਸਾਡਾ ਦੂਜਾ ਭਾਗ ਹੋ ਗਿਆ ਸਿੱਧ ਅੱਗੇ ਚਲੀਏ ਹੁਣ ਤੀਜਾ ਭਾਗ ਆ ਗਿਆ ਇਹ ਸਿੱਧ ਕਰਨਾ ਕਿ ਤ੍ਰਿਪੂਜ ABC ਸਰਵੰਗ ਸਮਇ ਤ੍ਰਿਪੂਜ BAD ਹੈ ਸੋ A ਅਤੇ C, C, so C B ਅਤੇ D ਨੂੰ ਜੋੜੋ A ਅਤੇ C B ਅਤੇ D ਨੂੰ ਜੋੜੋ ਹੁਣ ਤ੍ਰਿਪੂਜ ABC ਅਤੇ BAD ਏ ਆਪਣਾ ABC ਅਤੇ BAD BAD ਦੇ ਵਿੱਚ AD BC ਅਤੇ ਦਿੱਤਾ ਹੈ ਸਵਾਲ ਦੇ ਸ਼ੁਰੂ ਜੀ ਕਿਹਾ ਇਹ ਦੋਨੋਂ ਜਿਹੜੀ ਭੁਜਾਵਾਂ ਨੇ ਇਹ ਬਰਾਬਰ ਨੇ AB BA ਸਾਂਝੀ ਭੁਜਾ AB BA BAD ABC ਇਹ ਭਾਗ ਇੱਕ ਵਿੱਚ ਸਿੱਧ ਕੀਤਾ ਹੈ ਇਹ ਕੋਣ ਜਿਹੜਾ ਹੈ ਇਹ ਕੋਣ ਦੇ ਬਰਾਬਰ ਹੈ ਸੋ ਤ੍ਰਿਭੁਜ ABC ਸਰਬੰਗ ਸਮ ਹੈ ਤ੍ਰਿਭੁਜ BAD ਦੇ SAS ਸਰਬੰਗ ਸਮਤਾ ਦੇ ਨਿਯਮ ਤੋਂ ਸੋ ਭੁਜਾ ਕੋਣ ਭੁਜਾ ਭੁਜਾ ਕੋਣ ਭੁਜਾ ਠੀਕ ਹੈ ਸੋ ਇਹ ਸਾਡਾ ਸਿੱਧ ਹੋ ਗਿਆ ਹੁਣ ਚੌਥਾ ਭਾਗ ਸਿੱਧ ਕਰਨਾ ਹੈ ਵਿਕਰਣ AC ਬਰਾਬਰ ਹੈ ਵਿਕਰਣ BD ਦੇ AC BD ਅਤੇ ਛੋਖਿਆ ਬੱਚਿਓ ਹੱਲ ਤ੍ਰਿਭੁਜ ABC ਸਰਬੰਗਸਮ ਤ੍ਰਿਭੁਜ BBD ਤੇ ਇਥੇ ਲਿਖ ਦਿਓ ਭਾਗ 3 ਵਿੱਚ ਸਿੱਧ ਕੀਤਾ ਹੈ ਹੁਣ ਜੇ ਬੱਚੋ ਕੱਲਾ ਇਹ ਸਵਾਲ ਆਵੇ ਫਿਰ ਤੁਸੀਂ ਇਦਾਂ ਨਹੀਂ ਲਿਖਣਾ ਭਾਗ 3 ਵਿੱਚ ਸਿੱਧ ਕਰਨਾ ਹੈ ਜੇ ਕੱਲਾ ਇਹੇ ਸਵਾਲ ਆ ਗਿਆ ਕਿ ਵਿਕਰਣ ਐ ਦੋ ਸਿੱਧ ਕਰੋ ਫਿਰ ਸਾਨੂੰ ਇਹ ਪੂਰਾ ਸਵਾਲ ਕਰਕੇ ਦਿਖਾਣਾ ਪਏਗਾ ਮੈਂ ਇਥੇ ਦौरा ਨਹੀਂ ਰਿਹਾ ਕਿਉਂਕਿ ਇੱਕੋ ਸਵਾਲ ਦੇ ਦੋ ਹਿੱਸੇ ਨੇ ਠੀਕ ਹੈ ਨਾ ਜੇ ਇਕੱਲਾ ਸਵਾਲ ਆ ਜਾਏ ਕਿ ਇਹ ਤੁਹਾਨੂੰ ਸਮਲਮ ਦਿੱਤਾ ਹੈ ਤੇ ਸਿੱਧ ਕਰੋ ਤੇ ਫਿਰ ਪੂਰਾ ਇਥੋਂ ਦੀ ਲੈ ਕੇ ਸਵਾਲ ਸਾਨੂੰ ਕਰਨਾ ਪਏਗਾ ਹੈ ਠੀਕ ਹੈ ਨਾ ਸੋ ਵਿਕਰਣ AC ਬਰਾਬਰ ਵਿਕਰਣ BD ਸਰਬੰਗ ਸਮ ਤ੍ਰਿਪੂਜਾ ਦੀਆਂ ਸੰਗਤ ਪੁਜਾਵਾਂ ਇਹ ਸਾਡਾ ਹੋ ਗਿਆ ਪਹਿਲੀ ਵਿਧੀ ਦੇ ਨਾਲ ਸਵਾਲ ਹੁਣ ਦੂਜੀ ਵਿਧੀ ਦੇ ਨਾਲ ਕਰਾਂਗੇ ਸੋ ਦੂਜੀ ਵਿਧੀ ਦੇਖੀਏ ਸਵਾਲ ਉਹੀ ਹੈ ਸੋ ਦੇਖੋ ਬੱਚਿਓ ਇਹਨੂੰ ਇਸ ਢੰਗ ਨਾਲ ਕਰਾਂਗੇ ਠੀਕ ਹੈ ਪਹਿਲਾ ਭਾਗ ਸਿੱਧ ਕਰਨਾ ਹੈ ਕੋਣ A ਬਰਾਬਰ ਕੋਣ B ਹੁਣ ਹੱਲ AP ਅਤੇ BQ AP ਅਤੇ BQ DC ਤੇ ਲੰਭ ਖਿੱਚੋ DC ਦੇ ਉੱਤੇ ਲੰਭ ਖਿੱਚੋ ਜੇ ਲੰਭ ਖਿੱਚ ਦਿੱਤੇ ਤਾਂ ਲਗ ਗਿਆ ਕੋਣ APD ਕੋਣ APD ਬਰਾਬਰ ਕੋਣ BAP BAP ਬਰਾਬਰ BQC BQC ਬਰਾਬਰ ABQ ਬਰਾਬਰ ABQ ਬਰਾਬਰ 90 ਡਿਗਰੀ ਲੰਭ ਹੁਣ ਬੱਚਿਓ ਲੰਬ ਤੇ ਡੀਸੀ ਦੇ ਖਿੱਚਿਆ ਪਰ ਜੇ ਦੋ ਸਮਾਂਤਰ ਇਹ ਭੁਜਾਵਾਂ ਹੋਣ ਭੁਜਾਵਾਂ ਦੋ ਸਮਾਂਤਰ ਹੋਣ ਤੇ ਜੇ ਇੱਕ ਭੁਜਾ ਤੇ ਲੰਬ ਖਿੱਚਾਂਗੇ ਤੇ ਦੂਜੀ ਭੁਜਾ ਤੇ ਆਟੋਮੈਟਿਕਲੀ ਉਹ ਲੰਬ ਹੋ ਜਾਏਗਾ ਕਿਉਂਕਿ ਦੇਖੋ ਨਾ ਜੇ ਮੈਂ ਕਹਾਂ ਕਿ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਕੋਣ ਸੰਪੂਰਕ ਹੁੰਦੇ ਨੇ ਤੇ ਜੇ ਇਹ 90 ਡਿਗਰੀ ਹੈ ਤੇ ਇਹ ਵੀ 90 ਡਿਗਰੀ ਹੋ ਜਾਏਗਾ ਹਨਾ ਇਹ ਵੀ 90 ਹੋ ਜਾਏਗਾ ਤੇ ਇਹ ਵੀ 90 ਹੋ ਜਾਏਗਾ ਸੋ ਜੇ ਬੱਚਿਓ ਦੋ ਸਮਾਂਤਰ ਭੁਜਾਵਾਂ ਨੇ ਤੇ ਦੋ ਸਮੰਤਰ ਭੁਜਾਵਾਂ ਚੋਂ ਕਿਸੇ ਇੱਕ ਦੇ ਵੀ ਜੇ ਤੁਸੀਂ ਲੰਬ ਖਿੱਚੋ ਤੇ ਦੋਨਾਂ ਤੇ ਹੀ ਲੰਬ ਹੋਏਗਾ ਇਸ ਕਰਕੇ ਸਾਰੇ ਕੋਣ 90 ਡਿਗਰੀ ਦੇ ਹੋਗੇ ਇਹ ਵੀ 90 ਇਹ ਵੀ 90 ਇਹ ਵੀ 90 ਇਹ ਵੀ 90 ਬਾਕੀ ਵੀ 90 ਹੈਗੇ ਨੇ ਪਰ ਉਹ ਮੈਨੂੰ ਚਾਹੀਦੇ ਨਹੀਂ ਹੈਗੇ ਠੀਕ ਹੈ ਨਾ ਮੁੰਨੇ ਵਾਲਾ ਪਾਸਿਆ ਦਾ ਕੋਣ ਨਹੀਂ ਚਾਹੀਦਾ ਮੈਂ ਇਸ ਕਰਕੇ ਲਿਖਿਆ ਨਹੀਂ ਹੁਣ ਤ੍ਰਿਭੁਜ APD ਅਤੇ BQC ਹੁਣ ਤ੍ਰਿਭੁਜ ABD ਅਤੇ BQC ਦੇ ਵਿੱਚ AD BC ਦਿੱਤਾ ਹੈ AD bc ਦਿੱਤਾ ਹੈ ap bq ਸਮਾਂਤਰ ਰੇਖਾਵਾਂ ਵਿੱਚ ਲੰਭ ਬਰਾਬਰ ਹੁੰਦੇ ਹਨ ab ਸਮਾਂਤਰ dc ਹੈ ab ਸਮਾਂਤਰ dc ਦਿੱਤਾ ਹੈ ਤੇ ਬੱਚਿਓ ਦੋ ਸਮਾਂਤਰ ਭੁਜਾਵਾਂ ਲੈ ਲਓ ਤੇ ਦੋਨਾਂ ਵਿੱਚੋਂ ਅਣਗਿਣਤ ਤੁਸੀਂ ਲੰਭ ਖਿੱਚੀ ਜਾਓ ਜਿੰਨੇ ਮਰਜੀ 10 20000 ਲੱਖ ਕਰੋੜ ਜਿੰਨੇ ਲੰਮਰ ਜੀ ਖਿੱਚੋ ਉਹ ਸਾਰੇ ਲੰਬਾਂ ਦੀ ਲੰਬਾਈ ਇੱਕੋ ਹੀ ਹੋਏਗੀ ਸੋ ਇਹ ਗੱਲ ਇਦਾਂ ਬ੍ਰੈਕਟ ਵਿੱਚ ਲਿਖ ਦੇਣੀ ਹੈ ਸਮਾਂਤਰ ਰੇਖਾਵਾਂ ਵਿੱਚ ਲੰਭ ਬਰਾਬਰ ਠੀਕ ਹੈ ਤੇ ਅਗਲੀ ਗੱਲ ਆ ਕਿ ਕੋਣ APD ਬਰਾਬਰ ਕੋਣ BQC APD ਬਰਾਬਰ BQC 90 ਡਿਗਰੀ ਰਚਨਾ ਠੀਕ ਹੈ ਅਸੀਂ ਰਚਨਾ ਕੀਤੀ ਸੀ ਨਾ ਇੱਥੇ ਖਿਚੋ ਲੰਭ ਖਿਚੋ ਸੋ ਤ੍ਰਿਪੁਜ APD ਸਰਬੰਗ ਸਮ ਹੈ ਤ੍ਰਿਪੁਜ BQC ਦੇ আর H S ਅਰਥਾਤ ਸਮਕੋਣ ਕਰਨ ਤੇ ਪੁਜਾ ਰਾਈਟ ਐਂਗਲ ਹਾਈਪੋਟੈਨਿਊਸ ਤੇ ਸਾਈਡ ਕਿਉਂਕਿ ਇਹ ਹਾਈਪੋਟੈਨਿਊਸ ਹੈਗੀ ਹੈ ਇਹ ਸਾਈਡ ਹੈਗੀ ਹੈ ਤੇ ਇਹ ਤੁਹਾਡਾ ਕੋਣ ਹੈਗਾ 90 ਡਿਗਰੀ ਦਾ ਸੋ ਇਹਦੇ ਨਾਲ ਬੱਚਿਓ ਇਹ ਸਾਡਾ एप, एउन मैदान तैयार हो गया हम सवाल हाल करा देखिए कौन डी ए पी बराबर कौन सी बीक्यू इस कारण को इसलिए कौन डी ए पी बराबर सी सर्वांगसम सरभंग त्रिपुजा संगत कौन ते दोनों पासे नब्बे जोड़ के सो so, डीएपी जमा नब्बे डिग्री बराबर सीबीक्यू ਜਮਾ 90 ਡਿਗਰੀ 90 ਡਿਗਰੀ ਦੀ ਥਾਂ ਮੈਂ ਡੀਏਪੀ ਲਿਖ ਦਿੱਤਾ ਐ ਬੀਏਪੀ ਲਿਖ ਦਿੱਤਾ ਤੇ ਇਸ 90 ਡਿਗਰੀ ਥਾਂ ਮੈਂ এবੀਕਿਊ ਲਿਖ ਦਿੱਤਾ এবੀਕਿਊ ਲਿਖ ਦਿੱਤਾ ਹੁਣ ਬੱਚਿਓ ਇਹ ਦੋਨਾਂ ਨੂੰ ਜਿਹੜੇ ਜੋੜਾਂਗੇ ਤੇ ਕਿਹੜਾ ਕੋਣ ਬਣ ਜਾਏਗਾ ਇਹ ਬਣ ਜਾਏਗਾ ਬੀਏਡੀ ਡੀਏਬੀ ਡੀਏਬੀ ਬਣ ਜਾਏਗਾ ਨਾ ਇਹ ਵਾਲਾ ਕੋਣ ਬਣ ਜਾਏਗਾ ਪੂਰਾ ਤੇ ਜਿਹੜੇ ਇਹ ਦੋਨਾਂ ਨੂੰ ਜੋੜਾਂਗੇ ਤੇ ਕੀ ਬਣ ਜਾਏਗਾ ਸੀਬੀਏ ਬਣ ਜਾਏਗਾ ਸੀਬੀਏ ਇਹ ਸੀਬੀ ਬਣੇਗਾ ਅਰਥਾਤ ਡੀਏਬੀ ਕੋਣ ਬਰਾਬਰ ਸੀਬੀਏ ਕੋਣ ਜਾਂ कोण ए बराबर कोण बी ਐ ਮੇਰਾ ਸਵਾਲ ਹੋ ਗਿਆ ਸਿੱਧ ਭਾਗ ਪਹਿਲਾ ਦੂਜੀ ਵਿਧੀ ਦੇ ਨਾਲ ਹੁਣ ਭਾਗ ਦੂਜਾ ਕਰੀਏ ਐ ਸੀ ਉਹ ਡੀ ਸਿੱਧ ਕਰਨਾ ਹੁਣ ਬਚਿਆ ਤੇ ਦੇਖੋ ਐ ਮੈਥਡ ਦੇ ਨਾਲ ਆਵੇ ਤਾਂ ਦੂਜੀ ਵਿਧੀ ਪਾਈ ਇਹਨਾਂ ਦੂਜਾ ਭਾਗ ਬੜੀ ਛੇਤੀ ਹੋ ਜਾ ਸਿੱਧਾ ਹੀ ਹੋ ਜਾਏਗਾ ਦੇਖੋ ਹਲ ਤ੍ਰਿਭੁਜ ए पी डी ਸਰਬੰਗ ਸੰ ਤ੍ਰਿਭੁਜ ਬ ਕ ਯੂ ਸਿੱਧ ਕੀਤਾ ਹੈ ਇਸ ਲਈ ਕੋਣ ई डी ਪ ਇਸ ਲਈ ਕੋਣ ए डी पी बराबर ਕੋਣ ਬ ਸੀ ਕਯੂ ਸਰਬੰਗ ਸੰ ਤ੍ਰਿਪੂਜਾਂ ਦੇ ਸੰਗਤ ਕੋਣ ਤੇ ਏ ਡੀ ਪੀ ਨੂੰ ਮੈਂ ਏ ਡੀ ਸੀ ਲਿਖ ਸਕਦਾ ਪੂਰਾ ਕਿਉਂਕਿ ਮੈਨੂੰ ਸੰਭਲਮ ਚਾਹੀਦਾ ਨਾ ਇੱਥੇ ਤੱਕ ਲਿਖ ਲਿਆ ਤੇ ਬੀ ਸੀ ਕਯੂ ਨੂੰ ਮੈਂ ਬੀ ਸੀ ਡੀ ਲਿਖ ਸਕਦਾ ਸੋ ਐ ਸੋ ਕੋਣ ਡੀ ਬਰਾਬਰ ਸੀ ਜਾਂ ਸੀ ਬਰਾਬਰ ਡੀ ਬਸ ਦੈਟਸ ਆਨ ਐਵੇਂ ਮਲਕੀ ਕੋਈ ਫਰਕ ਨਹੀਂ ਪੈਂਦਾ ਡੀ ਬਰਾਬਰ ਸੀ ਸੀਗਾ ਇਦਰੋਂ ਆਇਆ ਤੇ ਗੱਲ ਇੱਕੋ ਹੀ ਹੈ ਸੀ ਬਰਾਬਰ ਡੀ ਹੈ ਤੇ ਮੈਂ ਦਾਰੀ ਦਿੱਤਾ ਜੇ ਨਾ ਵੀ ਲਿਖੋਗੇ ਫਰਕ ਨਹੀਂ ਪੈਗਾ ਸੋ ਬੱਚਿਓ ਇਹ ਤਰੀਕੇ ਦੇ ਨਾਲ ਕੀ ਹੈ ਕਿ ਪਹਿਲਾ ਸਵਾਲ ਕਰਦੇ ਦੂਜਾ ਭਾਗ ਜਿਹੜਾ ਹੈ ਉਹ ਸਿਰਫ ਸਰਵੰਗ ਸਮਤਾ ਦੇ ਨਿਯਮ ਤੋਂ ਹੀ ਇੱਕ ਲਾਈਨ ਵਿੱਚ ਤੁਹਾਡਾ ਜਵਾਬ ਇਹਦੇ ਨਾਲ ਆ ਜਾਂਦਾ ਹੈ ਇਹ ਫਾਇਦਾ ਇਸ ਦੂਜੀ ਵਿਧੀ ਦਾ ਤੇ ਤੀਜਾ ਔਰ ਚੌਥਾ ਭਾਗ ਜਿਹੜਾ ਹੈ ਉਹ ਜਿੱਦਾਂ ਪਹਿਲਾਂ ਕੀਤਾ ਹੈ ਬਿਲਕੁਲ ਉਸ ਤਰੀਕਾ ਨਾਲ ਆਉਣ ਤੀਜੀ ਵਿਧੀ ਦੇਖੀਏ ਤੀਜੀ ਵਿਧੀ ਸਵਾਲ ਉਹੀ ਹੈ ਹੁਣ ਤੀਜੀ ਵਿਧੀ ਬੱਚਿਓ ਕੌਣ A ਔਰ B ਸਿੱਧ ਕਰਨਾ ਹੈ ਹੁਣ ਦੇਖੋ ਹੁਣ ਇਹਦੇ ਵਿੱਚ ਅਸੀਂ ਕੀ ਕਰਾਂਗੇ ਇਹ ਚ ਥੜਾ ਹੋਰ ਟੰਗਣਾ ਕਰਾਂਗੇ ਅਸੀਂ ਇੱਥੇ ਬਦਾਵਾਂਗੇ ਨਹੀਂ ਸਮੰਤਰ ਚਤੁਰਭੁਜ ਨਹੀਂ ਖਿੱਚਾਂਗੇ ਸਮੰਤਰ ਚਤੁਰਭੁਜ ਇਸ ਪਾਸੇ ਖਿੱਚਾਂਗੇ ਇਹ ਦੇਖੋ AD ਦੇ ਸਮਾਂਤਰ BE ਖਿਚੋ AD ਦੇ ਸਮਾਂਤਰ BE ਖਿਚੋ ਠੀਕ ਹੈ ਸੋ AB ਸਮਾਂਤਰ DE AB AB ਸਮਾਂਤਰ DE ਅਤੇ AD ਸਮਾਂਤਰ BE ਅਤੇ AD ਸਮਾਂਤਰ BE ਹੁਣ ABED ਇੱਕ ਸਮਾਂਤਰ ਚਤੁਰਭੁਜ ਹੈ ਕਿਉਂਕਿ ਦੋਨੋਂ ਜੋੜੇ ਸਨੂ ਭੁਜਾਵਾਂ ਦੇ ਸਮਾਂਤਰ ਹੋ ਗਏ ਤੇ ਸਮਾਂਤਰ ਚਤੁਰਭੁਜ ਬਣ ਗਿਆ ਸੋ AD BE ਸੋ so AD DE ਸਮੁਖ ਭੁਜਾਵਾਂ ਸਮਾਂਤਰ ਚਤੁਰਭੁਜ ABCD ਦੀਆਂ ਕਿਉਂਕਿ ਕਿਸੇ ਵੀ ਸਮਾਂਤਰ ਚਤੁਰਭੁਜ ਦੀਆਂ ਸਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ ਪਰ AD BC ਪਰ AD BC ਦਿੱਤਾ ਹੈ ਸੋ ਜੇ AD B ਤੇ AD BC ਸੋ B BC ਇਸ ਤਰ੍ਹਾਂ B BC ਭਾਵ ਤ੍ਰਿਭੁਜ BEC ਸਮਦੋਭੁਜੀ ਹੈ BEC ਸਮਦੋਭੁਜੀ ਹੈ ਸੋ BEC ਕੋਣ ਬਰਾਬਰ ਕੋਣ BCE बराबर y मान लो बराबर भुजाओं ਦੇ ਸੰਮੂਖ ਕੋਣ ਬਰਾਬਰ ਹੁੰਦੇ ਹਨ ਇਹ ਬਰਾਬਰ ਕਰਨ ਦੇ ਨਾਲ y ਲਿਖਣ ਦੇ ਨਾਲ ਕੰਮ ਸੌਖਾ ਹੋ ਜਾਂਦਾ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਨਾਲੇ ਕੋਣ BEC ਕੋਣ BEC ਬਰਾਬਰ ਕੋਣ ABE ABE ਇਕਾਂਤਰ ਅੰਦਰਲੇ ਕੋਣ ਕਿਉਂਕਿ ਇਹ ਸਮੰਤਰ ਹੈ ਇਹ ਸਮੰਤਰ ਹੈ ਇਹ ਕਾਟਵੀਂ ਰੇਖਾ ਹੋ ਗਈ ਸੋ ਇਹ ਇਕਾਂਤਰ ਅੰਦਰਲੇ ਕੋਣ ਬਰਾਬਰ ਹੁੰਦੇ ਨੇ ਤੇ ਇਹ ਵੀ y ਹੋ ਗਿਆ ਹੁਣ ਇੱਥੇ ਵੀ ਚਿੱਤਰ ਵਿੱਚ ਲਿਖਣਾ ਇੱਥੇ y ਇੱਥੇ y ਤੇ ਇੱਥੇ y हम सा मैदान तैयार हो गया तो सवाल करना बड़ा सौखा हो जाएगा यह देखो हम बी ए डी जमा ए बी ई हम देखो बी ए डी जमा ए बी ई ए बी ई ठीक है समांतर चतुर्भुज के लागवे कौन संपूर्क होंगे चतुर्भुज बन गया समांतर चतुरभुज सो ए कौन से यह कौन जरा है एक सौ अस्सी डिग्री होगा ਪਰ AB Y ਦੇ ਬਰਾਬਰ ਹੈਗਾ ਸੋ ਮੈਂ ਦੀਗਾ Y ਲਿਖ ਦਿੱਤਾ BA D ਜਮ Y 180 ਡਿਗਰੀ ਠੀਕ ਹੈ ਅਤੇ ਕੋਣ BEC ਜਮ ਕੋਣ ECB ਜਮ ਕੋਣ CBE ਇਹ ਲਿਖੋ ਇਹ ਬੜਾ BEC ECB ਤੇ CBE ਇਹ ਲਿਖ ਦਿੱਤਾ ਬਰਾਬਰ 180 ਡਿਗਰੀ ਤ੍ਰਿਭੁਜ ਕੋਣ ਜੋੜ ਗੁਣ ਕਿਸੇ ਵੀ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਠੀਕ ਹੈ ਤੇ ਮੈਂ BC ਦੀ ਜਗ੍ਹਾ Y ਲਿਖ ਦਿੱਤ ਸਕਦਾ ECB ਦੀ ਜਗ੍ਹਾ Y ਲਿਖ ਸਕਦਾ ਇੱਥੇ Y Y ਲਿਖ ਦਿੱਤਾ ਤੇ CBE 180° ਇਹਨੂੰ ਦਿੱਤਾ ਨੰਬਰ 2 1 ਅਤੇ 2 ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਵੀ 180 ਇਹ ਵੀ 180 ਸੋ ਦੋਨੋਂ ਖੱਬੇ ਪਾਸੇ ਇਹ ਦੋਨੋਂ ਜਿਹੜੇ ਸਮੀਕਰਨ ਨੇ ਬਰਾਬਰ ਹੋ ਗਏ ਸੋ BAD ਜਮਾ Y Y ਜਮਾ Y ਜਮਾ CBE ਹੁਣ ਇੱਕ ਇੱਕ Y ਦੇ ਨਾਲ ਇੱਕ Y ਕੱਟ ਗਿਆ ਇੱਕ Y ਦੇ ਨਾਲ ਇੱਕ Y ਕੱਟ ਗਿਆ ਕੱਲਾ Y ਇਹ ਕੱਲਾ BAD ਰਹਿ ਗਿਆ ਖੱਬੇ ਪਾਸੇ ਸੋ BAD ਇੱਕ Y ਇੱਥੇ ਰਹਿ ਗਿਆ ਜਮਾ CBE ਤੇ ਵਾਈ ਦੀ ਜਗ੍ਹਾ ਮੈਂ A B E ਲਿਖ ਸਕਦਾ A B E ਐ ਲਿਖ ਸਕਦਾ ਹੁਣ A B E ਜਮਾ C B E A B E ਜਮਾ C B E ਇਹ ਕਹਦੇ ਬਰਾਬਰ ਹੋ ਗਿਆ A B C ਜਾਂ C B A -E, ਇਹ C B ਦੇ ਬਰਾਬਰ ਹੋ ਗਿਆ ਸੋ ਇਸ ਤਰ੍ਹਾਂ ਕੋਣ B A D C B A -E, ਕੋਣ B A D C B -E, A ਅਰਥਾਤ ਕੋਣ A ਕੋਣ B ਸੋ ਇਸ ਤਰ੍ਹਾਂ ਸਾਡਾ ਇਹ ਪਹਿਲਾ ਭਾਗ ਸਿੱਧ ਹੋ ਗਿਆ ਹੁਣ ਦੂਜਾ ਪਾਗਰੀਏ ਸੋ ਦੂਜਾ ਪਾ ਗਏ ਬੱਚਿਓ ਕੌਣ ਸੀ ਬਰਾਬਰ ਕੌਣ ਡੀ ਸਿੱਧ ਕਰਨਾ ਸੋ ਹੱਲ ਏ ਬੀ ਈ ਡੀ ਇੱਕ ਸਮਾਂਤਰ ਚਤੁਰਭੁਜ ਹੈ ਰਚਨਾ ਏ ਬੀ ਈ ਡੀ ਸਮਾਂਤਰ ਚਤੁਰਭੁਜ ਹੈ ਠੀਕ ਹੈ ਸੋ ਏ ਡੀ ਬਰਾਬਰ ਬੀ ਸਮਾਂਤਰ ਚਤੁਰਭੁਜ ਏ ਬੀ ਈ ਡੀ ਜੇ ਸਮਾਂਤਰ ਚਤੁਰਭੁਜ ਹੈ ਸੰਮੁਖ ਭੁਜਾਂ ਬਰਾਬਰ ਹੁੰਦੀਆਂ ਪਰ ਏ ਡੀ ਬਰਾਬਰ ਬੀ ਸੀ ਦਿੱਤਾ ਹੈ ਇਸ ਤਰ੍ਹਾਂ ਬੀ ਬਰਾਬਰ ਬੀ ਸੀ ਭਾਅ ਚਤੁਰਭੁਜ ਤ੍ਰਿਭੁਜ ਬੀ ਸੀ ਸੰਦੂਪਜੀ ਹੈ ਸੋ BEC BC Y ਮੰਨ ਲਓ 1 ਇਹ ਹਾਲ ਤੱਕ ਜਿੱਦਾਂ ਪਹਿਲਾ ਭਾਗ ਕੀਤਾ ਸੀ ਉਦਾਂ ਹੀ ਹੈ ਹੁਣ ਦੂਜਾ ਭਾਗ ਬੜਾ ਸੌਖਾ ਹੈ ਇਹ ਦੇਖੋ ਨਾਲੇ BEC ADC ਨਾਲੇ ਇਹ ਦੇਖੋ BEC ADC ਕਿਉਂ ਸੰਗਤ ਕੋਣ AD ਸਮান্তਰ BE AD ਜਿਹੜੀ ਹੈ ਬੱਚਿਓ ਇਹ BE ਦੇ ਸਮান্তਰ ਹੈ ਸੋ ਇਹ ਵਾਲਾ ਕੋਣ ਇਹ ਕਾਢਣੀ ਰੇਖਾ ਹੋ ਜਾਏਗੀ ਸੋ ਇਹ ਵਾਲਾ ਕੋਣ ਜਿਹੜਾ ਹੈ ਇਸ ਕੋਣ ਦੇ ਬਰਾਬਰ ਹੋਏਗਾ ਸੋ AD ਇਹ ਆਪਣਾ BEC ਬਰਾਬਰ ADC ਠੀਕ ਹੈ ਸੋ BEC ਬਰਾਬਰ ADC ਪਰ ਜਿਹੜਾ BEC ਇਹ Y ਦੇ ਬਰਾਬਰ ਹੈ ਸੋ ਇਹ ਦੋ ਸੰਗਤ ਕੋਣ AD ਸਮਾਂਤਰ AE ਹੈਗੀ ਹੈ ਹੁਣ ਬੱਚੋ ਇੱਕ ਅਤੇ ਦੋ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ABY ਤੇ ABY ਠੀਕ ਹੈ ਸੋ ਇਹਦਾ ਮਤਲਬ ਕਿ ABEC ABEC ਇਹਨਾਂ BCE ADC ਸੋ BCE ADC ਸੋ BCE ਦੀ ਜਗ੍ਹਾ ਮੈਂ BCE ਦੀ ਜਗ੍ਹਾ BCD ਲਿਖ ਸਕਦਾ ਹਾਂ ਉਹਨੂੰ ਤਰਤੀਬ ਦੇਣ ਲਈ ਥੋੜਾ ਸੋਹਣਾ ਬਣਾਉਣ ਲਈ ਸੋ BCE ਦੀ ਜਗ੍ਹਾ BCD ADC ਸੋ BCD ADC ਭਾਅ ਕੋਣ C ਕੋਣ -E, D ਸੋ ਇਹ ਸਾਡਾ ਦੂਜਾ ਭਾਗ ਵੀ ਸਿੱਧ ਹੋ ਗਿਆ ਤੇ ਤੀਜਾ ਭਾਗ ਤੇ ਚੌਥਾ ਭਾਗ ਬੱਚਿਓ ਮੈਂ ਇੱਥੇ ਫੇਰ ਪਾ ਦਿੱਤਾ ਹੈ ਤਾਂ ਕਿ ਇੱਕ ਸੰਪੂਰਨਤਾ ਜੀ ਬਣ ਜਾਏ ਅਖੀਰ ਵਿੱਚ ਬਾਕੀ ਇਹਦੀ ਵਿਧੀ ਬਿਲਕੁਲ ਜਿਦਾ ਪਹਿਲੀ ਵਿਧੀ ਚ ਕੀਤਾ ਸੀ ਉਦਾਂ ਹੀ ਹੈ ਪਹਿਲੇ ਸਰਵੰਗ ਸੰਮਿਤ ਸਿੱਧ ਕਰ ਦੇਣੇ ਨੇ ਐਸੇ ਐਸ ਦੀ ਵਿਧੀ ਦੇ ਨਾਲ ਤੇ ਫਿਰ ਸਰਵੰਗ ਸੰ ತ್ರಿਭੁਜ ਦੀ ਸੰਗਤ ਪੁਲਾਵਾ ਕਰਕੇ ਇਦਾਂ ਵਿਕਰਣ ਦੀ ਬਰਾਬਰੀ ਸਿੱਧ ਕਰ ਦੇਣੀ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 8.1 ਤਾਂ ਆਖਰੀ ਸਵਾਲ 12ਵਾਂ ਜਿਹਦੇ ਅਸੀਂ ਪਹਿਲੇ ਦੋ ਭਾਗ ਤਿੰਨ ਵਿਧੀਆਂ ਰਾਹੀਂ ਕੀਤੇ ਹਨ ਤੇ ਚੰਗਾ ਚੋਖਾ ਤੁਹਾਡਾ ਇਹਦੇ ਨਾਲ ਅਭਿਆਸ ਹੋ ਜਾਏਗਾ ਤੇ ਗਣਿਤ ਦੇ ਸਾਰੇ ਸਿਧਾਂਤ ਰੇਖਾਵਾਂ ਦੇ ਕੋਣਾਂ ਦੇ ਤੇ ਚਤਰਪੂਜਾਂ ਦੇ ਇਹਦੇ ਵਿੱਚ ਕਾਫੀ ਰਲਾ ਕੇ ਜਿਹੜਾ ਹੈ ਨਾ ਤੁਹਾਡਾ ਜਿਹੜਾ ਆਤਮ ਵਿਸ਼ਵਾਸ ਇਹਦੇ ਨਾਲ ਬਹੁਤ ਵਧ ਜਾਏਗਾ ਸੋ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ ਨੰਬਰ 8.1 ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ اسی ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਦੇ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ